ਫਾਜ਼ਿਲਕਾ ਦੀ ਨਵੀਂ ਆਬਾਦੀ ਚੰਦੌਰ ਮਹੱਲਾ ਦੀ ਚੰਦੌਰ ਧਰਮਸ਼ਾਲਾ ਦੇ ਵਿੱਚ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪਰਵ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ। ਫਾਜ਼ਿਲਕਾ ਦੀ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਚੰਦੌਰ ਮਹੱਲਾ ਦੇ ਵਿੱਚ ਚੰਦੌਰ ਧਰਮਸ਼ਾਲਾ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪਰਵ ਮਨਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਮੜੇ। ਜਾਣਕਾਰੀ ਦਿੰਦੇ ਹੋਏ ਕਾਰਜਕ੍ਰਮ ਦੇ ਆਯੋਜਕਾਂ ਨੇ ਦੱਸਿਆ ਕਿ ਇਹ ਕਾਰਜਕ੍ਰਮ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਹਨ। ਉਹਨਾਂ ਨੇ ਕਿਹਾ ਕਿ ਹਰ ਸਾਲ ਉਹਨਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਇਹ ਕਾਰਜਕ੍ਰਮ ਆਯੋਜਿਤ ਕੀਤਾ ਜਾਂਦਾ ਹੈ ਅਤੇ ਲੰਗਰ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਗ੍ਰੰਥ ਦਾ ਪਾਠ ਦਾ ਭੋਗ ਵੀ ਇੱਥੇ ਪਾਇਆ ਗਿਆ ਅਤੇ ਸੰਗਤਾਂ ਦੇ ਵਿੱਚ ਪ੍ਰਸਾਦ ਵੀ ਵਿਤਰਿਤ ਕੀਤਾ ਗਿਆ। ਉਹਨਾਂ ਨੇ ਅੱਜ ਦੇ ਪੁਰਬ 'ਤੇ ਇੱਥੇ ਪਹੁੰਚੇ ਲੋਕਾਂ ਦਾ ਧੰਨਵਾਦ ਵੀ ਕੀਤਾ। ਅੱਜ ਸ੍ਰੀ ਗੁਰੂ ਰਵਿਦਾਸ ਸੇਵਾ ਸਮਿਤੀ ਰਜਿਸਟਰ ਫਾਜ਼ਿਲਕਾ ਨਈ ਆਬਾਦੀ ਚੰਦੌਰ ਮਹੱਲਾ ਚੰਦੌਰ ਧਰਮਸ਼ਾਲਾ ਅਤੇ ਸ੍ਰੀ ਗੁਰੂ ਰਵਿਦਾਸ ਮਹਿਲਾ ਕੀਰਤਨ ਕਮੇਟੀ ਫਾਜ਼ਿਲਕਾ ਵੱਲੋਂ ਚੰਦੌਰ ਧਰਮਸ਼ਾਲਾ ਦੇ ਗੁਰੂ ਘਰ ਵੱਲ ਵਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 646ਵੇਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ 9:15 ਵਜੇ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਹਰ ਦੇ ਨਿਸ਼ਾਨ ਸਾਹਿਬ ਚਲਾਏ ਗਏ। 11 ਵਜੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਉਸ ਉਪਰੰਤ ਹਰੀਨਾਸ ਬਾਲ ਵਿਦਿਆ ਬੰਦਰ ਸਕੂਲ ਅਤੇ ਕੇਂਦਰੀ ਵਿਦਿਆਲਿਆ ਸਕੂਲ ਅਤੇ ਸਰਕਾਰੀ ਮਾਡਲ ਕੰਨਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਅਲੱਗ ਅਲੱਗ ਮੁਬਾਰਕਾਂ ਹੋਣ। ਹੋਰ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਸਮੂਹ ਨਗਰ ਅਤੇ ਸਮੂਹ ਦੇਸ਼ ਵਾਸੀਆਂ 'ਤੇ, ਸਮੂਹ ਪੰਜਾਬ ਵਾਸੀਆਂ 'ਤੇ ਔਰ ਸਮੂਹ ਫਾਜ਼ਿਲਕਾ ਵਾਸੀਆਂ 'ਤੇ ਆਪਣਾ ਮਿਹਰ ਬਣਾਇਆ, ਕਿਰਪਾ ਬਣਾਇਆ, ਸਦਾ ਹੀ ਹੱਥ ਬਣਾ ਕੇ ਚੜ੍ਹਦੀ ਕਲਾਵਾਂ ਬਖਸ਼ੀ ਕਰੇ। ਬੋਲੇ ਸੁੰਦਰ ਪਿਆ ਜਗਤ ਗੁਰੂ ਰਵਿਦਾਸ ਮਹਾਰਾਜ ਜੀ। ਮੇਰਾ ਨਾਮ ਭਰਤ ਭੂਸ਼ਣ ਹੈ ਜੀ। ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਜਨਮ ਦਿਹਾੜਾ ਚੰਦੌਰ ਮੁਹੱਲਾ ਚੰਦੌਰ ਧਰਮਸ਼ਾਲਾ ਵਿਖੇ ਮਨਾਇਆ ਗਿਆ। ਬੜੀ ਧੂਮਧਾਮ ਨਾਲ ਮਨਾਇਆ ਗਿਆ ਜੀ ਅਤੇ ਸਾਰੀਆਂ ਸਾਧ ਸੰਗਤਾਂ ਨੂੰ, ਮੁਹੱਲਾ ਨਿਵਾਸੀਆਂ ਨੂੰ 646ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਜੀ। ਅਤੇ ਗੁਰੂ ਰਵਿਦਾਸ ਜੀ ਜਾਤ ਪਾਤ ਅਤੇ ਮਾਨਵਤਾ ਸੰਦੇਸ਼ ਦਿੰਦੇ ਹਨ। ਸਭ ਤੋਂ ਰਲ ਮਿਲ ਕੇ ਰਹਿਣਾ ਚਾਹੀਦਾ ਜੀ, ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਜੀ, ਛੂਆਛੂਤ ਨੂੰ ਖਤਮ ਕਰਨਾ ਚਾਹੀਦਾ ਜੀ। ਇਹ ਗੁਰੂ ਰਵਿਦਾਸ ਜੀ ਸੰਦੇਸ਼ ਦੇ ਗਏ ਹਨ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭਾਰਤ ਰਵਿਦਾਸ ਮਹਾਰਾਜ ਕੀ ਜੈ।